ਆਪਾਂ ਗੁਬਾਰਾ ਲਿਆ ਇੱਕ ਮੋਮਬੱਤੀ ਤੇ ਗਲਾਸ, ਆਪਾਂ ਗੁਬਾਰੇ ਦੀ ਮਦਦ ਨਾਲ ਗਲਾਸ ਨੂੰ ਚੱਕਾਂਗੇ, ਗੁਬਾਰਾ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਆਪਾਂ। ਚੱਲ ਚੱਕਿਆ ਗਿਆ ਨਾ, ਠੀਕ ਹੈ ਚਲੋ। ਹੁਣ ਆਪਾਂ ਉਹ ਤਾਂ ਚੱਕ ਨਹੀਂ ਸਕਦੇ, ਹੁਣ ਕਿਹਦੀ ਮਦਦ ਲੈਂਦੇ ਹਾਂ ਆਪਾਂ, ਸਾਇੰਸ ਦੀ। ਕਿਹਦੀ ਮਦਦ ਲਵਾਂਗੇ? ਸਾਇੰਸ ਦੀ। ਕੀ ਲਈ ਇੱਕ ਆਪਾਂ ਮੋਮਬੱਤੀ, ਮੋਮਬੱਤੀ ਦਾ ਕੀ ਰੱਖਿਆ ਆਪਾਂ, ਹੁਣ ਇਹਨੂੰ ਕੀ ਲਾਵਾਂਗੇ ਮੋਮਬੱਤੀ ਨੂੰ? ਅੱਗ। ਠੀਕ ਹੈ ਦੇਖੋ, ਗੁਬਾਰਾ ਉੱਤੇ ਰੱਖਿਆ, ਗੁਬਾਰਾ ਕੀ ਗਿਆ ਇਹਦੇ ਸਾਰਾ ਅੰਦਰ, ਠੀਕ ਹੈ ਦੇਖੋ ਕਿੰਨਾ ਅੰਦਰ ਗਿਆ ਮੈਂ, ਐਂ ਵੀ ਨਹੀਂ ਕਿ ਥੋੜ੍ਹਾ ਵੜਿਆ ਆਪਾਂ, ਦੇਖੋ ਧਿਆਨ ਦੇਖੋ ਦੇਖੋ ਤੁਸੀਂ ਵੀ, ਠੀਕ ਹੈ। ਕਾਰਨ ਕੀ ਸੀ? ਜਦੋਂ ਮੋਮਬੱਤੀ ਜਗੀ ਕਿਹੜੀ ਗੈਸ ਪੈਦਾ ਹੋਈ, ਤੇ ਕਿਹੜੀ ਗੈਸ ਵਰਤਦੇ ਆ ਜਗਣ ਵਾਸਤੇ ਚੀਜ਼? ਕਾਰਬਨ ਡਾਈਆਕਸਾਈਡ ਪੈਦਾ ਹੋਈ ਤੇ ਆਕਸੀਜਨ ਕੀ ਕੀਤੀ ਗਈ, ਵਰਤੀ ਗਈ। ਆਕਸੀਜਨ ਘੱਟ ਭਾਰੀ ਹੁੰਦੀ ਹੈ, ਹਲਕੀ ਹੁੰਦੀ ਹੈ, ਤੇ ਕਾਰਬਨ ਡਾਈਆਕਸਾਈਡ ਕੀ ਹੁੰਦੀ ਹੈ? ਭਾਰੀ। ਕਾਰਬਨ ਡਾਈਆਕਸਾਈਡ ਪੈਦਾ ਹੋਈ ਹੈ ਭਾਰੀ ਹੈ, ਤੇ ਉਹ ਸਾਰੀ ਕੀ ਪੈ ਚੁੱਕੀ ਹੈ ਥੱਲੇ, ਤੇ ਇੰਨੀ ਜਗ੍ਹਾ ਉੱਤੋਂ ਕੀ ਹੋ ਗਈ ਖਾਲੀ, ਤੇ ਉਹ ਖਾਲੀ ਨੂੰ ਕਵਰ ਕਰਨ ਵਾਸਤੇ ਵਿੱਚ ਕੀ ਚਲਾ ਗਿਆ? ਗੁਬਾਰਾ। ਹੁਣ ਗੁਬਾਰਾ ਜਮ੍ਹਾਂ ਇਹਦੇ ਅੰਦਰ ਹੈ ਤਾਂ ਗਲਾਸ ਕੀ ਗੁਬਾਰੇ ਨਾਲ ਹੀ ਚੱਕੀ ਫਿਰਦੇ ਹਾਂ, ਠੀਕ ਹੈ। ਜੇ ਗੁਬਾਰਾ ਅੰਦਰ ਹਲਕੀ ਨਾ ਹੁੰਦੀ ਕਾਰਬਨ ਡਾਈਆਕਸਾਈਡ ਵੀ, ਕੀ ਭਾਰੀ ਨਾ ਹੁੰਦੀ ਕੀ ਹੁੰਦੀ ਹਲਕੀ, ਫਿਰ ਉਹ ਵੀ ਉੱਤੇ ਰਹਿਣੀ ਸੀ, ਗੁਬਾਰਾ ਅੰਦਰ ਨਹੀਂ ਜਾਣਾ, ਠੀਕ ਹੈ।